ਕਿਸੇ ਟਾਈਮ ਇਲੋਨ ਮਸਕ ਦਾ ਇਨਸਾਨਾਂ ਨੂੰ ਮੰਗਲ ਗ੍ਰਹਿ ਦੇ ਉੱਪਰ ਵਸਾਉਣ ਦਾ ਪਲਾਨ ਕਿਸੇ ਖਿਆਲੀ ਕਹਾਣੀ ਤੋਂ ਘੱਟ ਨਹੀਂ ਲੱਗਦਾ ਸੀ। ਟੈਸਲਾ ਤੇ ਸਪੇਸਐਕਸ ਦੇ ਮਾਲਕ ਇਲੋਨ ਮਸਕ ਦਾ ਦਾਅਵਾ ਹੈ ਕਿ ਉਹ 2050 ਤੱਕ ਮੰਗਲ ਗ੍ਰਹਿ ਜਾਨੀ ਕਿ ਮਾਰਸ ਦੇ ਉੱਪਰ ਇਨਸਾਨਾਂ ਦਾ ਇੱਕ ਪੂਰਾ ਸ਼ਹਿਰ ਬਣਾ ਦੇਣਗੇ ਜਿਸ ਦੇ ਵਿੱਚ 10 ਲੱਖ ਇਨਸਾਨ ਰਹਿ ਸਕਣਗੇ ਉਹ ਵੀ ਧਰਤੀ ਦੀ ਮਦਦ ਤੋਂ ਬਿਨਾਂ। ਇਲੋਨ ਮਸਕ ਦੇ ਇਹ ਪਲਾਨ ਦਾ ਕਾਫੀ ਜ਼ਿਆਦਾ ਮਜ਼ਾਕ ਉਡਾਇਆ ਜਾਂਦਾ ਸੀ ਪਰ ਇਨਸਾਨਾਂ ਦੇ ਮੰਗਲ ਗ੍ਰਹਿ ਦੇ ਉੱਪਰ ਵਸਾਉਣ ਤੇ ਲੋਕ ਉਦੋਂ ਯਕੀਨ ਕਰਨ ਲੱਗੇ ਜਦੋਂ NASA ਨੇ ਵੀ ਸਪੇਸਐਕਸ ਦੇ ਮੰਗਲ ਮਿਸ਼ਨ ਨੂੰ ਜੁਆਇਨ ਕਰ ਲਿਆ। ਪਿਛਲੇ ਕਈ ਸਾਲਾਂ ਤੋਂ ਸਪੇਸਐਕਸ ਰਾਕਟ ਟੈਕਨੋਲੋਜੀ ਦੇ ਵਿੱਚ ਕਾਫੀ ਜ਼ਿਆਦਾ ਤਰੱਕੀ ਕਰ ਚੁੱਕਿਆ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਇਲੋਨ ਮਸਕ ਦੀ ਕੰਪਨੀ ਟੈਸਲਾ ਇਲੈਕਟ੍ਰਿਕ ਆਟੋ ਪਾਇਲਟ ਕਾਰਾਂ ਬਣਾਉਣ ਦੇ ਵਿੱਚ ਵੀ ਐਕਸਪਰਟ ਹੈ, ਇਸੇ ਤਰ੍ਹਾਂ ਹੀ ਸਪੇਸਐਕਸ ਦੇ ਰਾਕਟ ਦੇ ਵਿੱਚ ਵੀ ਅਜਿਹੀ ਟੈਕਨੋਲੋਜੀ ਵਰਤੀ ਗਈ ਹੈ ਜਿਹੜੀ ਕਿ ਘੱਟ ਤੋਂ ਘੱਟ ਤੇਲ ਖਰਚ ਕਰਕੇ ਸਪੇਸ ਦੇ ਵਿੱਚ ਪਹੁੰਚ ਸਕਦੇ ਹਨ। ਮਾਰਸ ਯਾਨੀ ਕਿ ਮੰਗਲ ਗ੍ਰਹਿ ਜਿਹੜਾ ਕਿ ਧਰਤੀ ਤੋਂ 6 ਕਰੋੜ 20 ਲੱਖ ਕਿਲੋਮੀਟਰ ਦੂਰ ਹੈ, ਉੱਥੇ ਇਨਸਾਨਾਂ ਨੂੰ ਪਹੁੰਚਾਉਣ ਦੇ ਲਈ ਇੱਕ ਵਿਸ਼ੇਸ਼ ਤਰ੍ਹਾਂ ਦੀ ਸਟਾਰਸ਼ਿਪ ਬਣਾਈ ਜਾ ਰਹੀ ਹੈ ਜੋ ਇਲੋਨ ਮਸਕ ਦੇ ਅਨੁਸਾਰ ਟੈਸਲਾ ਕੰਪਨੀ ਦੇ ਵਿੱਚ ਵਰਤੀਆਂ ਜਾਂਦੀਆਂ ਬੈਟਰੀਆਂ ਦੇ ਨਾਲ ਚੱਲੇਗੀ। ਭਾਵ ਕਿ ਉਸ ਦੇ ਵਿੱਚ ਬਹੁਤ ਘੱਟ ਤੇਲ ਵਰਤਿਆ ਜਾਵੇਗਾ ਪਰ ਫਿਰ ਵੀ ਉਹ ਇਨਸਾਨ ਨੂੰ ਮੰਗਲ ਗ੍ਰਹਿ ਤੱਕ ਪਹੁੰਚਾ ਦੇਵੇਗਾ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਮਾਰਸ ਗ੍ਰਹਿ ਦੇ ਉੱਪਰ ਇਨਸਾਨਾਂ ਦੀ ਕਲੋਨੀ ਕਿਵੇਂ ਸੰਭਵ ਹੈ? ਇਲੋਨ ਮਸਕ ਤੇ NASA ਇਸ ਹਰੀ ਭਰੀ ਧਰਤੀ ਨੂੰ ਛੱਡ ਕੇ ਉਸ ਬੰਜਰ ਮੰਗਲ ਗ੍ਰਹਿ ਦੇ ਉੱਪਰ ਇਨਸਾਨਾਂ ਨੂੰ ਕਿਉਂ ਵਸਾਉਣਾ ਚਾਹੁੰਦੇ ਹਨ ਜਿੱਥੇ ਨਾ ਤਾਂ ਸਾਹ ਲੈਣ ਦੇ ਲਈ ਆਕਸੀਜਨ ਹੈ ਤੇ ਨਾ ਹੀ ਕੋਈ ਖਾਣ ਪੀਣ ਦਾ ਸਮਾਨ ਹੈ ਤੇ ਨਾ ਹੀ ਇੱਥੇ -100 ਡਿਗਰੀ ਸੈਲਸੀਅਸ ਦੇ ਵਿੱਚ ਕੋਈ ਸਿਰ ਲਗਾਉਣ ਲਈ ਜਗ੍ਹਾ ਹੈ? ਜਿੱਥੇ ਇਨਸਾਨ ਦੇ ਰਹਿਣ ਦੇ ਲਈ ਕੋਈ ਮੁੱਢਲੀ ਸਹੂਲਤ ਵੀ ਨਹੀਂ ਹੈ, ਉੱਥੇ ਇਨਸਾਨਾਂ ਦੇ ਰਹਿਣ ਦੇ ਲਈ ਕਲੋਨੀ ਕਿਵੇਂ ਬਣਾਈ ਜਾਵੇਗੀ? ਇਹ ਉਹੀ ਸਵਾਲ ਨੇ ਜਿਨ੍ਹਾਂ ਦੇ ਜਵਾਬ ਤੁਸੀਂ ਇਸ ਵੀਡੀਓ ਦੇ ਵਿੱਚ ਜਾਣੋਗੇ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜੇਕਰ ਸਾਡੀ ਧਰਤੀ ਦੇ ਉੱਪਰ ਸਾਰੀਆਂ ਸਹੂਲਤਾਂ ਮੌਜੂਦ ਨੇ ਫਿਰ ਇਹਨਾਂ ਸਾਰੀਆਂ ਨੂੰ ਛੱਡ ਕੇ ਮੰਗਲ ਗ੍ਰਹਿ ਦੇ ਉੱਪਰ ਵਸਣ ਦੀ ਕੀ ਜ਼ਰੂਰਤ ਹੈ? ਪਿਛਲੀਆਂ ਕਈ ਸਦੀਆਂ ਤੋਂ ਜਿਹੜੀ ਸਾਡੀ ਧਰਤੀ ਦੀ ਸਿਹਤ ਦੇ ਉੱਪਰ ਰਿਸਰਚ ਹੋ ਰਹੀਆਂ ਸਨ, ਕਾਫੀ ਅਫਸੋਸ ਦੀ ਗੱਲ ਹੈ ਕਿ ਉਹਨਾਂ ਸਾਰੀਆਂ ਰਿਸਰਚ ਦੇ ਨਤੀਜੇ ਨੈਗੇਟਿਵ ਆਏ ਹਨ। ਸਾਇੰਟਿਸਟ ਦਾ ਕਹਿਣਾ ਹੈ ਕਿ ਜਦੋਂ ਤੋਂ ਇਨਸਾਨ ਨੇ ਫੋਸਿਲ ਫੁਇਲ ਯਾਨੀ ਕਿ ਪੈਟਰੋਲ ਅਤੇ ਗੈਸ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਹੀ ਧਰਤੀ ਦਾ ਟੈਂਪਰੇਚਰ ਵਧਦਾ ਜਾ ਰਿਹਾ ਹੈ। ਇੱਕ ਸਮਾਂ ਅਜਿਹਾ ਆ ਜਾਵੇਗਾ ਜਦੋਂ ਧਰਤੀ ਦਾ ਤਾਪਮਾਨ ਇੰਨਾ ਜ਼ਿਆਦਾ ਵੱਧ ਜਾਵੇਗਾ ਕਿ ਧਰਤੀ ਦੇ ਉੱਪਰ ਕਿਸੇ ਵੀ ਜੀਵਤ ਚੀਜ਼ ਦਾ ਰਹਿਣਾ ਅਸੰਭਵ ਹੋ ਜਾਵੇਗਾ। ਇੱਕ ਸਰਵੇ ਦੇ ਅਨੁਸਾਰ ਹਰ 10 ਸਾਲਾਂ ਦੇ ਵਿੱਚ ਧਰਤੀ ਦਾ ਟੈਂਪਰੇਚਰ 0.16 ਡਿਗਰੀ ਸੈਲਸੀਅਸ ਵੱਧ ਜਾਂਦਾ ਹੈ, ਮਤਲਬ ਕਿ ਜਿਹੜੇ ਗਰਮ ਇਲਾਕਿਆਂ ਦੇ ਵਿੱਚ ਇਨਸਾਨ ਹੁਣ ਵੱਸਦੇ ਨੇ ਅਗਲੇ 150 ਸਾਲਾਂ ਤੱਕ ਉੱਥੇ ਰਹਿਣਾ ਅਸੰਭਵ ਹੋ ਜਾਵੇਗਾ। ਤਾਪਮਾਨ ਬਦਲ ਦੇ ਨਾਲ ਸਾਡੇ ਗਲੇਸ਼ੀਅਰ ਵੀ ਤੇਜ਼ੀ ਦੇ ਨਾਲ ਪਿਘਲ ਰਹੇ ਨੇ ਜਿਨ੍ਹਾਂ ਦੇ ਕਾਰਨ ਹੜ੍ਹ ਚੱਕਰਵਾਤ ਤੇ ਸੁਨਾਮੀ ਦੇ ਚਾਂਸ ਵੀ ਵੱਧਦੇ ਜਾ ਰਹੇ ਹਨ। ਗੱਲ ਇੱਥੇ ਸਿਰਫ ਇਕੱਲੇ ਤੇਲ ਦੀ ਨਹੀਂ ਹੈ ਬਲਕਿ ਸਾਡੀ ਧਰਤੀ ਦੇ ਪੋਲਿਊਸ਼ਨ ਨੇ ਸਾਡੀ ਓਜ਼ੋਨ ਲੇਅਰ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਉਹ ਓਜ਼ੋਨ ਲੇਅਰ ਜਿਹੜੀ ਸੂਰਜ ਤੋਂ ਨਿਕਲਣ ਵਾਲੀਆਂ ਜਾਨਲੇਵਾ ਕਿਰਨਾਂ ਨੂੰ ਸਾਡੇ ਤੱਕ ਆਉਣ ਤੋਂ ਬਚਾਉਂਦੀ ਹੈ, ਉਹ ਵੀ ਹੁਣ ਹੌਲੀ ਹੌਲੀ ਖਰਾਬ ਹੁੰਦੀ ਜਾ ਰਹੀ ਹੈ। ਭਾਵ ਕਿ ਇੱਕ ਪਾਸੇ ਪੋਲਿਊਸ਼ਨ ਤੋਂ ਪੈਦਾ ਹੋਣ ਵਾਲੀ ਗਰਮੀ ਤੇ ਦੂਜੇ ਪਾਸੇ ਸੋਲਰ ਰੇਡੀਏਸ਼ਨ, ਸਾਇੰਟਿਸਟ ਨੂੰ ਵੀ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਇੱਕ ਦਿਨ ਸਾਡੀ ਧਰਤੀ ਇਨਸਾਨ ਦੇ ਰਹਿਣ ਯੋਗ ਨਹੀਂ ਰਹੇਗੀ। ਇਹੀ ਕਾਰਨ ਹੈ ਕਿ ਅਸੀਂ ਇਨਸਾਨ ਆਪਣੇ ਲਈ ਇੱਕ ਦੂਜਾ ਘਰ ਭਾਵ ਕਿ ਇੱਕ ਦੂਜਾ ਗ੍ਰਹਿ ਰਹਿਣ ਦੇ ਲਈ ਲੱਭ ਰਹੇ ਹਾਂ। ਪਰ ਫਿਰ ਇਹ ਮਾਰਸ ਯਾਨੀ ਕਿ ਮੰਗਲ ਗ੍ਰਹਿ ਹੀ ਇਕੱਲਾ ਕਿਉਂ ਜਦਕਿ ਸਾਡੇ ਸੂਰਜ ਮੰਡਲ ਦੇ ਵਿੱਚ ਹੋਰ ਵੀ ਕਈ ਗ੍ਰਹਿ ਹਨ, ਤਾਂ ਫਿਰ ਇਨਸਾਨਾਂ ਦੇ ਰਹਿਣ ਦੇ ਲਈ ਆਖਰਕਾਰ ਇਕੱਲੇ ਮਾਰਸ ਯਾਨੀ ਕਿ ਮੰਗਲ ਗ੍ਰਹਿ ਨੂੰ ਹੀ ਕਿਉਂ ਚੁਣਿਆ ਗਿਆ ਹੈ? ਸਾਡੇ ਸੂਰਜ ਮੰਡਲ ਦੇ ਵਿੱਚ ਸਾਡੇ ਗੁਆਂਢੀ ਗ੍ਰਹਿ ਇੱਕ ਵੀਨਸ ਹੈ ਤੇ ਦੂਜਾ ਮਾਰਸ ਹੈ। ਵੀਨਸ ਗ੍ਰਹਿ ਜਿਹੜਾ ਕਿ ਸਾਡੀ ਧਰਤੀ ਤੋਂ ਮਾਰਸ ਤੋਂ ਵੀ ਨੇੜੇ ਹੈ, ਪਰ ਉੱਥੇ ਵੀ ਉਹੀ ਸਭ ਕੁਝ ਹੈ ਜਿਸ ਤੋਂ ਅਸੀਂ ਭੱਜ ਰਹੇ ਹਾਂ। ਭਾਵ ਕਿ ਉਹ ਬਹੁਤ ਜ਼ਿਆਦਾ ਗਰਮ ਹੈ, ਵੀਨਸ ਸਾਡੇ ਸੂਰਜ ਮੰਡਲ ਦੇ ਵਿੱਚ ਚੱਕਰ ਲਗਾਉਣ ਵਾਲਾ ਦੂਜਾ ਗ੍ਰਹਿ ਹੈ। ਇਸ ਗ੍ਰਹਿ ਦੇ ਉੱਪਰ ਹਮੇਸ਼ਾ ਇੰਨੀ ਗਰਮੀ ਰਹਿੰਦੀ ਹੈ ਕਿ ਲੋਹਾ ਵੀ ਉੱਥੇ ਪਿਘਲ ਜਾਂਦਾ ਹੈ। ਦੂਜੇ ਪਾਸੇ ਸਾਡਾ ਗੁਆਂਢੀ ਗ੍ਰਹਿ ਹੈ ਮਾਰਸ ਜਿਹੜਾ ਕਿ ਸੂਰਜ ਦੇ ਦੁਆਲੇ ਚੱਕਰ ਲਗਾਉਣ ਵਾਲਾ ਚੌਥਾ ਗ੍ਰਹਿ ਹੈ। ਇਸ ਗ੍ਰਹਿ ਦੇ ਉੱਪਰ ਵੀਨਸ ਵਰਗੀ ਗਰਮੀ ਤਾਂ ਨਹੀਂ ਪਰ ਇੱਥੇ ਜਿਹੜੀ ਸਰਦੀ ਹੈ ਉਹ ਧਰਤੀ ਦੇ ਆਰਕਟਿਕ ਰੀਜਨ ਤੋਂ ਵੀ ਕਿਤੇ ਜ਼ਿਆਦਾ ਵੱਧ ਹੈ। ਇੱਥੇ ਇਨਸਾਨਾਂ ਦੇ ਰਹਿਣ ਦੇ ਲਈ ਇਕੱਲੀ ਕੜਾਕੇਦਾਰ ਸਰਦੀ ਹੀ ਨਹੀਂ ਬਲਕਿ ਹੋਰ ਵੀ ਕਈ ਮੁਸ਼ਕਲਾਂ ਹਨ, ਮਤਲਬ ਕਿ ਨਾ ਹੀ ਇੱਥੇ ਆਕਸੀਜਨ ਹੈ ਤੇ ਨਾ ਹੀ ਇੱਥੇ ਪਾਣੀ ਹੈ। ਅਸੀਂ ਕਹਿ ਸਕਦੇ ਹਾਂ ਕਿ ਇਨਸਾਨਾਂ ਦੇ ਜਿਉਂਦੇ ਰਹਿਣ ਦੀਆਂ ਮੁੱਢਲੀਆਂ ਸਹੂਲਤਾਂ ਵੀ ਇੱਥੇ ਮੌਜੂਦ ਨਹੀਂ ਹਨ। ਇਹਨਾਂ ਸਾਰੀਆਂ ਮੁਸ਼ਕਲਾਂ ਹੋਣ ਦੇ ਬਾਵਜੂਦ ਵੀ NASA ਤੇ ਇਲੋਨ ਮਸਕ ਕੋਲ ਆਖਰ ਕਿਹੜਾ ਅਜਿਹਾ ਪਲਾਨ ਹੈ ਜਿਸ ਦੇ ਨਾਲ ਉਹ ਇਨਸਾਨਾਂ ਨੂੰ ਮਾਰਸ ਗ੍ਰਹਿ ਦੇ ਉੱਪਰ ਜਿਉਂਦਾ ਰੱਖ ਸਕਦੇ ਹਨ? ਇਲੋਨ ਮਸਕ ਦੇ ਅਨੁਸਾਰ 2026 ਦੇ ਵਿੱਚ ਇਨਸਾਨਾਂ ਦਾ ਪਹਿਲਾ ਇੱਕ ਛੋਟਾ ਜਿਹਾ ਗਰੁੱਪ ਮੰਗਲ ਗ੍ਰਹਿ ਦੇ ਉੱਪਰ ਭੇਜਿਆ ਜਾਵੇਗਾ। ਇਸ ਗਰੁੱਪ ਦੇ ਕੋਲ ਮੰਗਲ ਗ੍ਰਹਿ ਦੇ ਉੱਪਰ ਘੱਟੋ ਘੱਟ 2 ਸਾਲ ਰਹਿਣ ਦੀਆਂ ਸਾਰੀਆਂ ਚੀਜ਼ਾਂ ਮੌਜੂਦ ਹੋਣਗੀਆਂ, ਮਤਲਬ ਕਿ ਖਾਣ ਪੀਣ ਦੀਆਂ ਚੀਜ਼ਾਂ ਤੇ ਆਕਸੀਜਨ ਪ੍ਰੈਸ਼ਰਾਈਜ਼ ਸੂਟ। ਪਰ ਇਸ ਗਰੁੱਪ ਦੇ ਮੰਗਲ ਗ੍ਰਹਿ ਦੇ ਉੱਪਰ ਜਾਣ ਤੋਂ ਪਹਿਲਾਂ ਉੱਥੇ ਇਹਨਾਂ ਦੇ ਰਹਿਣ ਦੇ ਲਈ ਇੱਕ ਪ੍ਰੋਟੈਕਟਿਵ ਸ਼ੈਲਟਰ ਯਾਨੀ ਕਿ ਇੱਕ ਸੁਰੱਖਿਅਤ ਘਰ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮਾਰਸ ਗ੍ਰਹਿ ਦੇ ਉੱਪਰ ਮਿੱਟੀ ਦੇ ਬਹੁਤ ਜ਼ਿਆਦਾ ਖਤਰਨਾਕ ਤੂਫਾਨ ਆਉਂਦੇ ਹਨ। ਇਹ ਪ੍ਰੋਟੈਕਟਿਵ ਸ਼ੈਲਟਰ ਯਾਨੀ ਕਿ ਸੁਰੱਖਿਅਤ ਘਰ ਮਾਰਸ ਗ੍ਰਹਿ ਦੇ ਉੱਪਰ ਮੌਜੂਦ ਮਿੱਟੀ ਤੋਂ ਹੀ ਬਣਾਏ ਜਾਣਗੇ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਇਨਸਾਨ ਦੇ ਜਾਣ ਤੋਂ ਪਹਿਲਾਂ ਇਨਸਾਨਾਂ ਦੇ ਰਹਿਣ ਦੇ ਲਈ ਇਹ ਘਰ ਉੱਥੇ ਬਣਾਏਗਾ ਕੌਣ? ਇਹ ਸ਼ੈਲਟਰ ਇਨਸਾਨਾਂ ਦੇ ਲਈ ਉੱਥੇ ਪਹਿਲਾਂ ਤੋਂ ਮੌਜੂਦ ਰੋਬੋਟ ਬਣਾਉਣਗੇ। ਇਹਨਾਂ ਆਰਟੀਫੀਸ਼ੀਅਲ ਰੋਬੋਟ ਨੂੰ ਇਨਸਾਨਾਂ ਤੋਂ ਪਹਿਲਾਂ ਮੰਗਲ ਗ੍ਰਹਿ ਦੇ ਉੱਪਰ ਭੇਜਿਆ ਜਾਵੇਗਾ। ਇਹ ਖਾਸ ਕਿਸਮ ਦੇ ਰੋਬੋਟਸ ਹੋਣਗੇ ਜਿਹੜੇ ਵੈਸੇ ਤਾਂ ਵੱਖ-ਵੱਖ ਹਿੱਸਿਆਂ ਦੇ ਵਿੱਚ ਕੰਮ ਕਰ ਸਕਣਗੇ ਪਰ ਇਹ ਜ਼ਰੂਰਤ ਪੈਣ ਤੇ ਆ
3D प्रिंटर यूनिट तक पहुंचा दी जाएगी जेडे इस मिट्टी की एक एक लेयर से 3D प्रिंटिंग कर देंगे। कई महीनों तक यह काम इस तरह ही चलेगा जिसन धरती के उपर बैठ के मोनीटर किया जाएगा। शेल्टर पूरा होने तो बाद रॉबर्ट्स का शुरू होगा दूजा फेस, फिर जो मार्स के उपर इंसान का पहली बार जो ग्रुप उतरेगा क्योंकि यह इंसान मार्स के उपर पहली बार जा रहे हो इस करके इन्होंने को काफी ज्यादा समान भी होगा। तो यह रॉबर्ट इंसान का उत्थे उतरन से स्वागत करेंगे तो इन्होंने समान को चक के लैंडिंग यूनिट तो वेस्ट यूनिट तक लेके जाएंगे। तो वेस्ट यूनिट के शेल्टर के अंदर छोटे छोटे वेस्ट को भी रखा जाएगा जिहड़े कि अपने आप इनफ्लेट हो जाएंगे क्योंकि मार्स का वातावरण प्रैशर बहुत ज्यादा घट है इस करके इंसान को उत्थे प्रैशराइज्ड यूनिट के विच ही रहना पवेगा। मतलब कि यूनिट यानी कि इन्हों घर धरती की तरह आर्टिफिशियल प्रैशर बनाया जाएगा तो सारे प्रैशराइज यूनिट एक दूजे ने जुड़े होंगे। तो इन्ह सारे घर इलैक्ट्रिसिटी देने लिए रॉबर्ट की मदद के उत्थे एक सोलर प्लांट भी लगाया जाएगा। जेकर किसी इंसान को बेस या कैबन तो बाहर जाना होगा तो एक स्पैशल गड्डी उन्होंने कैबन के नाल आके जुड़ जाएगी ताकि घर का दरवाजा खोलने के नाल अंदर का प्रैशर लीक ना हो सके। बारी होगी मंगल ग्रह के उपर एक ग्रीन हाउस बनाने की ताकि मंगल ग्रह के उपर सब्जियां बीजिया जा सकन। साइंटिस्ट के रिसर्च के अनुसार शुरू के मंगल ग्रह के उपर आलू और बीनस लगाए जाएंगे तो जिमें जिमें सब्जियां बड़िया होनगियां इन्हों के एक अजिही चीज निकलेगी जिसकी मंगल ग्रह के उपर बहुत ज्यादा जरूरत है। हाँ जी वह चीज है ऑक्सीजन। हाँ जी यह पौधे इंसान मंगल ग्रह के उपर सब्जियां के नाल नाल ऑक्सीजन भी देंगे पर यह ऑक्सीजन बहुत ज्यादा घट होगी इसलिए मार्स ग्रह के उपर ऑक्सीजन बनाने का इंतजाम भी किया जाएगा। हैरानीजनक तौर पर यह एक्सपैरीमेंट मार्स ग्रह के उपर मौजूद रॉबर्ट पहला ही कर चुका है। एक स्पैशल डिवाइस जी कि सूरजी ऊर्जा के नाल चलेगी। यह डिवाइस मंगल ग्रह से मौजूद कार्बन डाइऑक्साइड को लेकर उसके हीट और इलैक्ट्रिक करंट पा देगी जिस दे नाल ऑक्सीजन कार्बन डाइऑक्साइड तो अलग हो जाएगी तो अलग हुई ऑक्सीजन इकट्ठा कर लिया जाएगा। मतलब कि इंसानों की एक छोटी जी टीम उत्थे ऑक्सीजन भी बना सकेगी। उत्थे मौजूद लोगों के कोल चाहे खाने लिए सिर्फ दो चीजा ही होण पर उन्हां कोल खाना मौजूद होगा। मंगल ग्रह की जमीन के थले जमया हुआ पानी जानी कि फ्रोजन वाटर रोबोट पहला ही लभ चुके हैं तो उस बर्फ को पघला के उत्थे पानी बनाया जाएगा। मंगल ग्रह से भेजे हुए इंसान धरती की मदद तो बिना उत्थे जांदे भी रह सकणगे ते वापस लोड़ पैण ते धरती ते भी आ सकणगे। पर हुण सवाल यह उठता है कि ये लोग कदे मंगल ग्रह के उपर बने कैबना तो बाहर निकलणगे। जेकर असीं मंगल ग्रह के उपर भी अजिही जिंदगी गुजारनी है तो फिर ताम जाम की जरूरत है। साइंसदानां दे कोल इन्हां सवालों का कोई हल तो नहीं पर उन्हां दा मनना है कि मंगल ग्रह के वातावरण के कुछ अजिहे बदलाव किए जाण जिस दे नाल उत्थों दा तापमान बढ़ जाए तो फिर इस तों बाद शायद आने वाले 100 या 200 साल बाद मार्स उन्ना ही हरिया भरिया हो जाए जिन्ना कि किसी टाइम धरती से। साइंटिस्ट की मनीए तो मार्स का तापमान वधाउण दे नाल उत्थे दोबारा जिंदगी की शुरुआत की जा सकती है। तो इस आइडिया के उपर जिहड़े सुझाव दिते जा रहे हैं उन्होंने उपर यकीन करना भी मुश्किल है। एक MIT की विद्यार्थन मारागा मोरा गिब का आइडिया है कि रॉबोट्स की मदद के मार्स ग्रह के उपर अजिहिया फैक्ट्रियां बनाई जाए जिड़ी कि सुबह तो लैके शाम तक सिर्फ धुआं ही छड़दियां रहन। यह धुएं के नाल मार्स के उपर वह सब कुछ होगा जो धरती के उपर हो रहा है। दूजे पासे एलोन मस्क ने मंगल ग्रह का तापमान वधाउण का जिहड़ा सुझाव दिता है वह यह है कि मार्स ग्रह के उपर न्यूकलीयर बंब वरते जाण। उन्हां दा कहना है कि मंगल ग्रह के उपर 10,000 न्यूकलीयर मिजाइल छड़न दे नाल उत्थों दा तापमान वध जाएगा ते अजिहा करन दे नाल उत्थे मौजूद सारी बर्फ पिघल जाएगी ते इस दे नाल मार्स जल्दी तो जल्दी इंसानां दे रहण योग बन जाएगा। एलोन मस्क ते नासा दा हुण तक दा प्लान तां इही है कि 2026 दे विच इंसानां दा पहला ग्रुप उत्थे जावे ते उत्थे जाके एक्सपैरीमेंट करे। 2 सालां बाद धरती अते मंगल ग्रह जदों इक दूजे दे नेड़े आ जांदे ने तां उदों होर लोक मंगल ग्रह दे उपर भेजे जाण ते 2050 आउंदे आउंदे उत्थे 10 लाख लोक प्रैशराइज कैबन दे विच रहणगे ते इस दे नाल ही मार्स ग्रह दा तापमान वधाउण दीआं कोशिशां वी कीतीआं जाणगीआं। उन्हां दा मनना है कि 100 साल जां 200 सालां बाद उह मंगल ग्रह नूं वी धरती वर्गा ग्रह बनाउण दे विच कामयाब हो जाणगे। इह सन जी साइंस दे नाल जुड़े हुए कुझ रोचक तत्त। तुहानूं साडी वीडियो किद्दां लगी कमेंट करके जरूर दसना। साडे यूट्यूब दे चैनल जो टीवी नूं जरूर सबसक्राइब करना ते फेसबुक दे पेज जो टीवी नूं जरूर फॉलो करना। धन्यवाद।